ਸੰਗਤ ਜੀ, ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਪਰਿਵਾਰ ਦੇ ਵਿੱਚ ਦੋਵੇਂ ਪਤੀ ਪਤਨੀ ਅਤੇ ਇੱਕ ਉਹਨਾਂ ਦਾ ਇਕਲੌਤਾ ਪੁੱਤਰ। ਪੁੱਤਰ ਦਾ ਵਿਆਹ ਕੀਤਾ ਤਾਂ ਘਰ ਦੇ ਵਿੱਚ ਨੂੰਹ ਆਈ, ਘਰ ਦੇ ਵਿੱਚ ਚਾਰ ਜੀ ਹੋ ਗਏ। ਪਰ ਕਹਿੰਦੇ ਜਿਸ ਦਿਨ ਤੋਂ ਵੀ ਘਰ ਦੇ ਵਿੱਚ ਨੂੰਹ ਆਈ, ਉਸੇ ਦਿਨ ਤੋਂ ਨੌ ਸੱਸ ਦਾ ਆਪਸ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਗਿਆ। ਸੱਸ ਹਰ ਵੇਲੇ ਆਪਣੇ ਨੌ ਦੇ ਕੰਮ ਦੇ ਵਿੱਚੋਂ ਕਮੀਆਂ ਕੱਢਦੀ ਰਹਿੰਦੀ ਅਤੇ ਨੌ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਲੱਗਦਾ ਸੀ। ਕਹਿੰਦੇ ਇੱਦਾਂ ਹੀ ਸਮਾਂ ਬੀਤਦਾ ਗਿਆ, ਇਹਨਾਂ ਦੀ ਨਿੱਕੀ ਨਿੱਕੀ ਨੋਕ ਝੋਕ ਕਲੇਸ਼ ਦਾ ਰੂਪ ਧਾਰਨ ਕਰ ਗਈ। ਹੁਣ ਤਾਂ ਹਰ ਵੇਲੇ ਇਹਨਾਂ ਦੋਵਾਂ ਦੇ ਵਿੱਚ ਕਲੇਸ਼ ਪਿਆ ਹੀ ਰਹਿੰਦਾ। ਇਹ ਦੋਵੇਂ ਜਣੀਆਂ ਹਰ ਵੇਲੇ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਬਿਹਤਰ ਸਾਬਤ ਕਰਨ ਦੇ ਵਿੱਚ ਲੱਗੀਆਂ ਰਹਿੰਦੀਆਂ, ਇੱਕ ਦੂਸਰੇ ਦੇ ਵਿੱਚੋਂ ਕਮੀਆਂ ਕੱਢਦੀਆਂ, ਇੱਕ ਦੂਸਰੇ ਨੂੰ ਨੀਚਾ ਦਿਖਾਉਂਦੀਆਂ ਅਤੇ ਇੱਕ ਦੂਸਰੇ ਦੀਆਂ ਗੱਲਾਂ ਆਪਣੇ ਆਂਢ ਗੁਆਂਢ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀ ਕਰਦੀਆਂ। ਇਸ ਕਰਕੇ ਇਹਨਾਂ ਦੇ ਘਰ ਦੇ ਭੇਤ ਹੁਣ ਬਾਹਰ ਦੇ ਲੋਕਾਂ ਨੂੰ ਵੀ ਪਤਾ ਲੱਗ ਗਏ। ਕਹਿੰਦੇ ਇਸ ਗੱਲ ਤੋਂ ਉਹ ਪਿਓ ਪੁੱਤਰ ਦੋਵੇਂ ਬਹੁਤ ਪਰੇਸ਼ਾਨ ਸੀ, ਉਹ ਆਪਣੇ ਕੰਮ ਨੂੰ ਵੀ ਸਹੀ ਤਰੀਕੇ ਦੇ ਨਾਲ ਨਹੀਂ ਸੀ ਕਰ ਪਾ ਰਹੇ। ਇੱਕ ਦਿਨ ਇੱਦਾਂ ਹੀ ਪਰੇਸ਼ਾਨੀ ਦੇ ਵਿੱਚ ਆਪਣੇ ਕੰਮ 'ਤੇ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਦੇਖਿਆ ਇੱਕ ਸੰਤ ਜੀ ਕੁਝ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸੀ। ਇਹਨਾਂ ਨੂੰ ਸੰਤ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ। ਇਹ ਵੀ ਸੰਤ ਜੀ ਦੀਆਂ ਗੱਲਾਂ ਸੰਤ ਜੀ ਦੇ ਵਿਚਾਰ ਸੁਣਨ ਦੇ ਲਈ ਬੈਠ ਗਏ। ਸੰਤ ਜੀ ਨੇ ਘਰ ਦੀ ਸੁੱਖ ਸ਼ਾਂਤੀ ਦੇ ਉੱਤੇ ਉਪਦੇਸ਼ ਦਿੱਤਾ। ਇਹਨਾਂ ਨੂੰ ਸੁਣ ਕੇ ਮਨ ਨੂੰ ਬੜੀ ਸ਼ਾਂਤੀ ਮਿਲੀ। ਕਹਿੰਦੇ ਉਪਦੇਸ਼ ਸੁਣਨ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਕੁਝ ਲੋਕ ਆਪੋ ਆਪਣੇ ਘਰ ਪਰਿਵਾਰ ਕਾਰੋਬਾਰ ਦੀਆਂ ਸਮੱਸਿਆਵਾਂ ਸੰਤ ਜੀ ਦੇ ਨਾਲ ਸਾਂਝੀਆਂ ਕਰ ਰਹੇ ਨੇ ਅਤੇ ਸੰਤ ਜੀ ਉਹਨਾਂ ਸਮੱਸਿਆਵਾਂ ਦੇ ਹੱਲ ਦੱਸ ਰਹੇ ਨੇ। ਤਾਂ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਵੀ ਆਪਣੇ ਘਰ ਦੀ ਸਮੱਸਿਆ ਸੰਤ ਜੀ ਨੂੰ ਦੱਸੀਏ, ਹੋ ਸਕਦਾ ਸਾਡੇ ਘਰ ਦੇ ਕਲੇਸ਼ ਦਾ ਹੱਲ ਇਹ ਸੰਤ ਜੀ ਕਰ ਦੇਣ, ਉਹ ਨੌ ਸੱਸ ਨੂੰ ਇਹੀ ਸਮਝਾ ਦੇਣ। ਤਾਂ ਕਹਿੰਦੇ ਦੋਵਾਂ ਨੇ ਆਪਣੇ ਘਰ ਦੀ ਸਾਰੀ ਗੱਲ ਸੰਤ ਜੀ ਨੂੰ ਦੱਸੀ ਕਿ ਸੰਤ ਜੀ, ਅਸੀਂ ਇਸ ਤਰ੍ਹਾਂ ਆਪਣੇ ਘਰ ਦੀਆਂ ਔਰਤਾਂ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਵੀ ਦੋਵੇਂ ਆਪਸ ਦੇ ਵਿੱਚ ਹਰ ਵੇਲੇ ਲੜਦੀਆਂ ਝਗੜਦੀਆਂ ਰਹਿੰਦੀਆਂ ਨੇ। ਕਾਰਨ ਵੀ ਦੱਸ ਦਿੱਤਾ ਕਿ ਦੋਵੇਂ ਇੱਕ ਦੂਸਰੇ ਦੇ ਵਿੱਚੋਂ ਕਮੀਆਂ ਕੱਢਦੀਆਂ ਨੇ, ਇੱਕ ਦੂਸਰੇ ਤੋਂ ਆਪਣੇ ਆਪ ਨੂੰ ਬਿਹਤਰ ਸਾਬਤ ਕਰਨ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ ਅਤੇ ਅਸੀਂ ਉਹਨਾਂ ਦੋਵਾਂ ਦੇ ਵਿਚਕਾਰ ਫਸੇ ਹੋਏ ਹਾਂ, ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ, ਸੰਤ ਜੀ ਸਾਨੂੰ ਸਾਡੀ ਮੁਸ਼ਕਲ ਦਾ ਕੋਈ ਹੱਲ ਦੱਸੋ। ਤਾਂ ਕਹਿੰਦੇ ਸੰਤ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਭਾਈ, ਤੁਸੀਂ ਉਹਨਾਂ ਦੋਵਾਂ ਨੂੰ ਇੱਥੇ ਲੈ ਕੇ ਆਇਓ ਜੀ, ਅਸੀਂ ਉਹਨਾਂ ਨੂੰ ਸਮਝਾਵਾਂਗੇ। ਤਾਂ ਕਹਿੰਦੇ ਉਹ ਦੋਵੇਂ ਪਿਓ ਪੁੱਤਰ ਆਪਣੇ ਘਰ ਨੂੰ ਤੁਰ ਪਏ। ਆਪਸ ਦੇ ਵਿੱਚ ਗੱਲ ਕਰਨ ਲੱਗੇ, ਕਹਿਣ ਲੱਗੇ ਵੀ ਆਪਾਂ ਨੂੰ ਪਤਾ ਹੈ ਇਹਨਾਂ ਨੂੰ ਇੱਥੇ ਕਿਸ ਤਰ੍ਹਾਂ ਲਿਆਉਣਾ ਹੈ। ਜੇ ਸਿੱਧਾ ਸਿੱਧਾ ਕਿਹਾ ਕਿ ਤੁਹਾਨੂੰ ਸਮਝਾਉਣ ਦੇ ਲਈ ਲੈ ਕੇ ਜਾਣਾ ਹੈ ਤਾਂ ਉਹ ਕਦੇ ਨਹੀਂ ਆਉਣਗੀਆਂ। ਇਸ ਕਰਕੇ ਉਹਨਾਂ ਨੇ ਆਪਣੇ ਘਰ ਜਾ ਕੇ ਸੰਤ ਜੀ ਦੀਆਂ ਬਹੁਤ ਤਾਰੀਫਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਹਾ ਆਪਣੇ ਨਗਰ ਦੇ ਵਿੱਚ ਇੱਕ ਬਹੁਤ ਕਮਾਈ ਵਾਲੇ ਸੰਤ ਮਹਾਂਪੁਰਖ ਆਏ ਨੇ, ਬੜੀ ਭਜਨ ਬੰਦਗੀ ਕਰਦੇ ਨੇ ਅਤੇ ਕਿਸੇ ਦਾ ਵੀ ਹੱਥ ਦੇਖ ਕੇ ਉਹਦਾ ਆਉਣ ਵਾਲਾ ਕੱਲ੍ਹ ਦੱਸ ਦਿੰਦੇ ਨੇ ਵੀ ਉਹਦੇ ਆਉਣ ਵਾਲੇ ਕੱਲ੍ਹ ਦੇ ਵਿੱਚ ਕੀ ਹੋਣ ਵਾਲਾ ਹੈ, ਭਵਿੱਖ ਦੇਖ ਕੇ ਦੱਸਦੇ ਆ। ਕਹਿੰਦੇ ਜਦੋਂ ਇਹਨਾਂ ਨੌਂ ਸੱਸ ਨੇ ਸੁਣਿਆ ਤਾਂ ਇਹ ਕਹਿਣ ਲੱਗੀਆਂ ਵੀ ਸਾਨੂੰ ਤਾਂ ਆਪ ਉਹ ਸੰਤ ਜੀ ਦੇ ਕੋਲ ਲੈ ਕੇ ਜਾਓ, ਅਸੀਂ ਵੀ ਆਪਣੇ ਭਵਿੱਖ ਬਾਰੇ ਜਾਣਨਾ ਚਾਹੁੰਦੀਆਂ ਹਾਂ। ਅਤੇ ਕਹਿੰਦੇ ਅਗਲੇ ਹੀ ਦਿਨ ਉਹ ਦੋਵੇਂ ਪਿਓ ਪੁੱਤਰ ਆਪਣੀਆਂ ਪਤਨੀਆਂ ਨੂੰ ਲੈ ਕੇ ਸੰਤ ਜੀ ਦੇ ਕੋਲ ਗਏ। ਇਹਨਾਂ ਨੇ ਜਾ ਕੇ ਸੰਤ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਅਤੇ ਬੇਨਤੀ ਕੀਤੀ ਕਿ ਸੰਤ ਜੀ ਸਾਨੂੰ ਵੀ ਸਾਡੇ ਭਵਿੱਖ ਬਾਰੇ ਦੱਸੋ। ਅਤੇ ਕਹਿੰਦੇ ਸੰਤ ਜੀ ਨੇ ਕਿਹਾ, ਭਾਈ ਤੁਹਾਡੇ ਭਵਿੱਖ ਦੇ ਵਿੱਚ ਮੈਂ ਸਾਫ਼ ਸਾਫ਼ ਦੇਖ ਰਿਹਾ ਹਾਂ
ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗਣ ਵਾਲੇ ਨੇ, ਤੁਹਾਡੀ ਮੱਤ ਮਾਰੀ ਜਾਣੀ ਆ, ਤੁਹਾਡੇ ਨਾਲ ਕਿਸੇ ਨੇ ਵੀ ਸਹੀ ਤਰੀਕੇ ਦੇ ਨਾਲ ਗੱਲਬਾਤ ਨਹੀਂ ਕਰਿਆ ਕਰਨੀ, ਕਿਸੇ ਨੇ ਤੁਹਾਡੇ ਕੋਲ ਵੀ ਨਹੀਂ ਬੈਠਿਆ ਕਰਨਾ। ਸਭ ਲੋਕ ਤੁਹਾਡੇ ਤੋਂ ਮੂੰਹ ਫੇਰ ਲੈਣਗੇ ਅਤੇ ਤੁਹਾਡੇ ਘਰ ਦੇ ਵਿੱਚ ਕਲੇਸ਼ ਗਰੀਬੀ ਆਉਣ ਵਾਲੀ ਆ। ਕਹਿੰਦੇ ਜਦੋਂ ਇਹ ਗੱਲ ਸੁਣੀ ਤਾਂ ਦੋਵੇਂ ਘਬਰਾ ਗਈਆਂ। ਸੰਤ ਜੀ ਨੇ ਸਿੱਧਾ ਸਿੱਧਾ ਕਹਿਤਾ ਵੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਬਰਬਾਦੀ ਹੀ ਦੇਖ ਰਿਹਾ ਹਾਂ, ਤੁਹਾਡੇ ਘਰ ਦੇ ਵਿੱਚ ਕਲੇਸ਼ ਦੇਖ ਰਿਹਾ ਹਾਂ, ਗਰੀਬੀ ਦੇਖ ਰਿਹਾ ਹਾਂ। ਕਹਿੰਦੇ ਦੋਵੇਂ ਘਬਰਾ ਗਈਆਂ, ਕਹਿਣ ਲੱਗੀਆਂ ਸੰਤ ਜੀ ਸਾਡੇ ਉੱਤੇ ਇੰਨਾ ਮਾੜਾ ਸਮਾਂ ਆਉਣ ਵਾਲਾ ਹੈ, ਸਾਡੀ ਜ਼ਿੰਦਗੀ ਦੇ ਵਿੱਚ ਤਾਂ ਸਭ ਕੁਝ ਵਧੀਆ ਚੱਲ ਰਿਹਾ ਹੈ, ਇਹ ਅਚਾਨਕ ਮਾੜਾ ਸਮਾਂ ਕਿਸ ਤਰ੍ਹਾਂ ਆ ਸਕਦਾ ਹੈ, ਕਿਸੇ ਨੇ ਕੁਝ ਕੀਤਾ ਤਾਂ ਨਹੀਂ। ਤਾਂ ਸੰਤ ਜੀ ਨੇ ਕਿਹਾ ਹਾਂ ਕੀਤਾ ਹੈ, ਪਰ ਕਿਸੇ ਨੇ ਕੁਝ ਨਹੀਂ ਕੀਤਾ, ਆਪਣੀ ਬਰਬਾਦੀ ਦਾ ਕਾਰਨ ਤੁਸੀਂ ਖੁਦ ਨਹੀਂ ਬਣਨਾ ਹੈ। ਦੋਵੇਂ ਘਬਰਾ ਗਈਆਂ, ਕਹਿਣ ਲੱਗੀਆਂ ਕਿ ਅਸੀਂ ਕਿਸ ਤਰ੍ਹਾਂ ਇੱਕ ਦੂਸਰੇ ਦੀ ਬਰਬਾਦੀ ਦਾ ਕਾਰਨ ਬਣਾਂਗੀਆਂ। ਤਾਂ ਸੰਤ ਜੀ ਨੇ ਸਾਰੀ ਗੱਲਬਾਤ ਸਮਝਾਉਣੀ ਸ਼ੁਰੂ ਕੀਤੀ ਕਿ ਆ ਪੁੱਤਰ, ਜਦੋਂ ਆਪਾਂ ਦੂਸਰੇ ਦੇ ਵਿੱਚੋਂ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਸਾਡਾ ਸਾਰਾ ਧਿਆਨ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਲੱਗਾ ਰਹਿੰਦਾ ਹੈ, ਆਪਾਂ ਆਪਣੇ ਆਪ ਵੱਲ ਧਿਆਨ ਨਹੀਂ ਦੇ ਪਾਉਂਦੇ। ਅਸੀਂ ਦੂਸਰਿਆਂ ਦੀਆਂ ਕਮੀਆਂ ਦੇਖਦੇ ਹਾਂ, ਫਿਰ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਕੋਈ ਨਹੀਂ ਸੁਧਰਦਾ ਤਾਂ ਫਿਰ ਅਸੀਂ ਮਨ ਹੀ ਮਨ ਦੇ ਵਿੱਚ ਦੁਖੀ ਹੁੰਦੇ ਹਾਂ, ਪਰੇਸ਼ਾਨ ਹੁੰਦੇ ਹਾਂ। ਸੰਤ ਜੀ ਨੇ ਕਿਹਾ ਪੁੱਤਰ, ਘਰ ਪਰਿਵਾਰ ਦੇ ਵਿੱਚ ਕਦੇ ਵੀ ਇੱਕ ਦੂਸਰੇ ਦੀਆਂ ਕਮੀਆਂ ਨਹੀਂ ਕੱਢੀਆਂ ਜਾਂਦੀਆਂ, ਕਦੇ ਵੀ ਇੱਕ ਦੂਸਰੇ ਦੀਆਂ ਗਲਤੀਆਂ ਨਹੀਂ ਕੱਢੀਆਂ ਜਾਂਦੀਆਂ। ਘੱਟੋ ਘੱਟ ਪਰਿਵਾਰ ਦੇ ਵਿੱਚ ਜੀਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਹੋਣਾ ਬਹੁਤ ਜ਼ਰੂਰੀ ਆ। ਪਰਿਵਾਰ ਦੀ ਗੱਲ ਆਵੇ ਤਾਂ ਉੱਥੇ ਇੱਕ ਦੂਸਰੇ ਦੇ ਵਿੱਚੋਂ, ਆਪਣੇ ਪਿਆਰੇ ਰਿਸ਼ਤਿਆਂ ਦੇ ਵਿੱਚੋਂ ਕਮੀਆਂ ਨਹੀਂ, ਗੁਣ ਲੱਭੋ, ਕਿਉਂਕਿ ਜਦੋਂ ਗੁਣ ਵੇਖੋਗੇ ਤਾਂ ਉਹੀ ਇਨਸਾਨ ਤੁਹਾਨੂੰ ਬਹੁਤ ਪਿਆਰਾ ਲੱਗੇਗਾ, ਬੜਾ ਚੰਗਾ ਲੱਗੇਗਾ। ਪਰ ਜਦੋਂ ਤੁਸੀਂ ਕਿਸੇ ਵੀ ਰਿਸ਼ਤੇ ਦੇ ਵਿੱਚੋਂ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ, ਗਲਤੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ, ਤਾਂ ਉਹ ਇਨਸਾਨ ਤੁਹਾਡੇ ਲਈ ਬਹੁਤ ਬੁਰਾ ਬਣ ਜਾਂਦਾ ਹੈ, ਤੁਹਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਇੱਜ਼ਤ ਨਹੀਂ ਰਹਿੰਦੀ, ਪਿਆਰ ਨਹੀਂ ਰਹਿੰਦਾ। ਇਸ ਕਰਕੇ ਘੱਟੋ ਘੱਟ ਆਪਣੇ ਪਿਆਰੇ ਰਿਸ਼ਤਿਆਂ ਦੇ ਵਿੱਚ ਉਹਨਾਂ ਦੀਆਂ ਕਮੀਆਂ, ਉਹਨਾਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਦੇ ਗੁਣ, ਉਹਨਾਂ ਦੀ ਚੰਗਿਆਈ ਨੂੰ ਦੇਖਣਾ ਚਾਹੀਦਾ ਹੈ। ਜੇਕਰ ਕੋਈ ਗਲਤੀ ਆ, ਕੋਈ ਕਮੀ ਆ, ਤਾਂ ਉਹਨੂੰ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਹੈ, ਕਦੇ ਵੀ ਜਿੱਦ ਅੜੀ ਦੇ ਨਾਲ ਨਹੀਂ, ਕਦੇ ਵੀ ਆਪਣੇ ਪਰਿਵਾਰ ਦੇ ਜੀਆਂ ਦੀਆਂ ਕਮੀਆਂ ਗਲਤੀਆਂ ਨੂੰ ਦੇਖ ਕੇ ਉਹਨਾਂ ਨੂੰ ਨੀਚਾ ਨਹੀਂ ਦਿਖਾਉਣਾ ਚਾਹੀਦਾ। ਇਸ ਤਰ੍ਹਾਂ ਘਰ ਪਰਿਵਾਰ ਦੇ ਵਿੱਚ ਕਲੇਸ਼ ਹੁੰਦਾ ਹੈ ਅਤੇ ਕਲੇਸ਼ ਹੀ ਸਾਰੇ ਦੁੱਖ ਰੋਗ ਬਿਮਾਰੀਆਂ ਦੀ ਜੜ੍ਹ ਆ। ਜਦੋਂ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਤਾਂ ਘਰ ਦਾ ਕੋਈ ਵੀ ਜੀ ਖੁਸ਼ ਨਹੀਂ ਰਹਿ ਸਕਦਾ, ਕਲੇਸ਼ ਭਾਵੇਂ ਇੱਕ ਕਰੇ ਭਾਵੇਂ ਦੋ ਕਰੇ, ਪਰ ਕਲੇਸ਼ ਦਾ ਮਾੜਾ ਅਸਰ ਪੂਰੇ ਪਰਿਵਾਰ ਦੇ ਉੱਤੇ ਪੈਂਦਾ ਹੈ। ਜਿਵੇਂ ਕਿ ਹੁਣ ਤੁਸੀਂ ਦੋਵੇਂ ਆਪਸ ਦੇ ਵਿੱਚ ਲੜਦੀਆਂ ਝਗੜਦੀਆਂ ਹੋ, ਪਰ ਤੁਹਾਡੀ ਲੜਾਈ ਦਾ ਮਾੜਾ ਅਸਰ ਤੁਹਾਡੇ ਪਤੀਆਂ ਦੇ ਕੰਮ ਧੰਦੇ ਕਾਰੋਬਾਰ 'ਤੇ ਵੀ ਪੈ ਰਿਹਾ ਹੈ, ਅਤੇ ਤੁਹਾਡੀ ਲੜਾਈ ਝਗੜਾ, ਤੁਹਾਡੇ ਕਲੇਸ਼ ਦਾ ਅਸਰ ਤੁਹਾਡੀ ਸਿਹਤ 'ਤੇ ਵੀ ਪੈ ਰਿਹਾ ਹੈ। ਤੁਹਾਨੂੰ ਨਹੀਂ ਪਤਾ ਤੁਸੀਂ ਅੰਦਰੋਂ ਅੰਦਰੀ ਆਪਣਾ ਕਿੰਨਾ ਨੁਕਸਾਨ ਕਰ ਰਹੇ ਹੋ, ਕਿਉਂਕਿ ਜਦੋਂ ਆਪਾਂ ਕਿਸੇ ਦੇ ਪ੍ਰਤੀ ਆਪਣੇ ਮਨ ਵਿੱਚ ਗੁੱਸਾ ਰੱਖਦੇ ਹਾਂ, ਈਰਖਾ ਰੱਖਦੇ ਹਾਂ, ਤਾਂ ਆਪਣੇ ਆਪ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਲੈਂਦੇ ਹਾਂ, ਸਾਡੇ ਅੰਦਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਇਸ ਕਰਕੇ ਕਦੇ ਵੀ ਆਪਣੇ ਘਰ ਦੇ ਜੀਆਂ ਦੇ ਵਿੱਚੋਂ ਕਮੀਆਂ ਨਾ ਕੱਢੋ, ਬਲਕਿ ਉਹਨਾਂ ਦੀਆਂ ਚੰਗਿਆਈਆਂ ਦੇਖੋ, ਉਹਨਾਂ ਦੇ ਗੁਣ ਦੇਖੋ, ਗੁਣਾਂ ਦੀ ਤਾਰੀਫ ਕਰੋ, ਕਿਉਂਕਿ ਹਰ ਇੱਕ ਬੰਦਾ ਆਪਣੀ ਤਾਰੀਫ ਸੁਣਨੀ ਚਾਹੁੰਦਾ ਹੈ। ਇਹ ਰਿਸ਼ਤੇ ਬੜੇ ਨਾਜ਼ੁਕ ਹੁੰਦੇ ਆ, ਅਤੇ ਅਸਲ ਸਮਝਦਾਰ ਇਨਸਾਨ ਉਹੀ ਆ ਜੋ ਆਪਣੇ ਸਾਰੇ ਰਿਸ਼ਤਿਆਂ ਨੂੰ ਬੜੇ ਪਿਆਰ ਦੇ ਨਾਲ ਥਾਂ ਥਾਂ ਰੱਖ ਸਕੇ, ਹਰੇਕ ਰਿਸ਼ਤੇ ਦੀ
ਸਾਡੀ ਜ਼ਿੰਦਗੀ ਦੇ ਵਿੱਚ ਆਪੋ ਆਪਣੀ ਮਹੱਤਤਾ ਹੈ। ਪਤਨੀ ਨੂੰ ਪਤਨੀ ਦੀ ਥਾਂ ਦਿਓ, ਮਾਂ ਨੂੰ ਮਾਂ ਦੇ ਥਾਂ ਪਿਆਰ ਸਤਿਕਾਰ ਦੇਣਾ ਚਾਹੀਦਾ ਹੈ। ਨੂੰਹ ਨੂੰ ਸੱਸ ਦੇ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਸੱਸ ਦੇ ਮਨ ਦੇ ਵਿੱਚ ਆਪਣੀ ਨੂੰਹ ਦੇ ਪ੍ਰਤੀ ਪਿਆਰ। ਜੇ ਆਪਾਂ ਨੂੰਹਾਂ ਨੂੰ ਕਹਿੰਦੇ ਹਾਂ ਕਿ ਨੂੰਹਾਂ ਸੱਸ ਦੇ ਵਿੱਚੋਂ ਆਪਣੀ ਮਾਂ ਨੂੰ ਦੇਖਣ ਤਾਂ ਕਦੇ ਵੀ ਉਹਨਾਂ ਦਾ ਅਪਮਾਨ ਨਹੀਂ ਕਰ ਸਕਣਗੀਆਂ। ਉਸੇ ਤਰ੍ਹਾਂ ਜੇਕਰ ਸੱਸਾਂ ਵੀ ਆਪਣੀਆਂ ਨੂੰਹਾਂ ਦੇ ਵਿੱਚੋਂ ਆਪਣੀਆਂ ਧੀਆਂ ਨੂੰ ਦੇਖਣਾ ਸ਼ੁਰੂ ਕਰ ਦੇਣ ਤਾਂ ਫਿਰ ਕਦੇ ਵੀ ਕੋਈ ਸੱਸ ਆਪਣੀ ਨੂੰਹ ਦੇ ਵਿੱਚੋਂ ਕਮੀ ਨਹੀਂ ਕੱਢੇਗੀ। ਜੇ ਕਮੀ ਕੋਈ ਨਜ਼ਰ ਵੀ ਆਵੇਗੀ ਤਾਂ ਉਸ ਕਮੀ ਕਰਕੇ, ਉਸ ਗਲਤੀ ਕਰਕੇ ਉਹਨੂੰ ਨੀਚਾ ਨਹੀਂ ਦਿਖਾਵੇਗੀ। ਇਸ ਕਰਕੇ ਆਪਣੇ ਪਰਿਵਾਰ ਦੇ ਮਸਲੇ, ਆਪਣੇ ਪਰਿਵਾਰ ਦੀਆਂ ਜੋ ਵੀ ਸਮੱਸਿਆਵਾਂ ਨੇ ਮਿਲ ਜੁਲ ਕੇ ਪਿਆਰ ਦੇ ਨਾਲ ਸੁਲਝਾ ਲੈਣੀਆਂ ਚਾਹੀਦੀਆਂ ਨੇ। ਕਦੇ ਵੀ ਪਰਿਵਾਰ ਦੀਆਂ ਗੱਲਾਂ ਬਾਹਰ ਦੇ ਲੋਕਾਂ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਜਦੋਂ ਆਪਾਂ ਆਪਣੇ ਪਰਿਵਾਰ ਦੀਆਂ ਗੱਲਾਂ ਬਾਹਰ ਦੇ ਲੋਕਾਂ ਨੂੰ ਦੱਸਦੇ ਹਾਂ ਤਾਂ ਬਾਹਰ ਸਾਡਾ ਮਜ਼ਾਕ ਬਣਦਾ ਹੈ। ਕੁਝ ਲੋਕ ਸਾਡਾ ਮਜ਼ਾਕ ਉਡਾਉਂਦੇ ਨੇ, ਕੁਝ ਸਾਡੇ ਘਰ ਦੀ ਲੜਾਈ ਝਗੜੇ ਦਾ ਫਾਇਦਾ ਚੁੱਕਦੇ ਨੇ। ਇਸ ਕਰਕੇ ਘਰ ਦੇ ਭੇਦ ਘਰ ਵਿੱਚ ਹੀ ਰਹਿਣੇ ਚਾਹੀਦੇ ਨੇ। ਕਦੇ ਵੀ ਆਪਣੇ ਘਰ ਪਰਿਵਾਰ ਦੀਆਂ, ਆਪਣੇ ਕਾਰੋਬਾਰ ਦੀਆਂ ਗੱਲਾਂ ਬਾਹਰ ਦੇ ਲੋਕਾਂ ਦੇ ਨਾਲ ਨਹੀਂ ਕਰਨੀਆਂ ਚਾਹੀਦੀਆਂ। ਜਦੋਂ ਹੀ ਤੀਸਰਾ ਮਨੁੱਖ ਸਾਡੇ ਘਰ ਪਰਿਵਾਰ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਹੈ ਨਾ, ਤਾਂ ਫਿਰ ਉਸ ਪਰਿਵਾਰ ਦੀ ਏਕਤਾ, ਉਸ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਦੋਵਾਂ ਜੀਆਂ ਦਾ ਮਸਲਾ ਦੋਵੇਂ ਜੀ ਹੀ ਸੁਲਝਾ ਲੈਣ। ਲੜਾਈ ਭਾਵੇਂ ਨੂੰਹ ਸੱਸ ਦੀ ਹੋਵੇ, ਭਾਵੇਂ ਪਤੀ ਪਤਨੀ ਦੀ, ਨਨਾਣ ਭਰਜਾਈ ਦੀ, ਜਿਸ ਦੇ ਵੀ ਪਰਿਵਾਰ ਦੇ ਵਿੱਚ ਲੜਾਈ ਝਗੜਾ ਨਾ, ਆਪਸ ਦੇ ਵਿੱਚ ਆਹਮੋ ਸਾਹਮਣੇ ਬੈਠ ਕੇ ਗੱਲ ਕਲੀਅਰ ਕਰੋ। ਜਿਹੜੀ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਇੱਕ ਦੂਸਰੇ ਨੂੰ ਪਿਆਰ ਦੇ ਨਾਲ ਕਹੋ। ਪਿਆਰ ਦੇ ਨਾਲ ਗੱਲ ਕਵਾਂਗੇ, ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹਰ ਕੋਈ ਮੰਨਦਾ ਹੈ। ਪਰ ਜੇ ਆਪਾਂ ਆਖੀਏ ਵੀ ਗੁੱਸੇ ਦੇ ਨਾਲ, ਅਸੀਂ ਰੋਹਬ ਦੇ ਨਾਲ ਆਪਣੀ ਗੱਲ ਮਨਵਾਵਾਂਗੇ ਤਾਂ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਦਾ ਗੁੱਸਾ ਰੋਹਬ ਝੱਲਣ ਨੂੰ ਤਿਆਰ ਨਹੀਂ ਆ। ਪਿਆਰ ਦੇ ਨਾਲ ਤਾਂ ਆਪਾਂ ਜੱਗ ਜਿੱਤ ਸਕਦੇ ਹਾਂ, ਪਰ ਜੇ ਆਪਾਂ ਗੁੱਸੇ ਦੇ ਨਾਲ ਆਖੀਏ ਤਾਂ ਗੁੱਸੇ ਦੇ ਨਾਲ ਸਾਡੀ ਆਪਣੀ ਹੀ ਇੱਜ਼ਤ ਘਟੇਗੀ, ਕਿਉਂਕਿ ਗੁੱਸੇ ਦੇ ਵਿੱਚ ਆ ਕੇ ਅਸੀਂ ਮਾੜੇ ਸ਼ਬਦ ਬੋਲਾਂਗੇ ਤਾਂ ਅਗਲਾ ਸਾਨੂੰ ਇੱਕ ਦੀ ਥਾਂ 'ਤੇ ਚਾਰ ਸੁਣਾਵੇਗਾ। ਇਸ ਤਰ੍ਹਾਂ ਰਿਸ਼ਤਿਆਂ ਦੇ ਵਿੱਚ ਫਿੱਕ ਪੈਂਦੀ ਆ, ਰਿਸ਼ਤਿਆਂ ਦੇ ਵਿਚਕਾਰਲਾ ਸਤਿਕਾਰ ਘਟਦਾ ਹੈ। ਅਸਲ ਸਿਆਣਾ ਬੰਦਾ ਉਹੀ ਹੁੰਦਾ ਹੈ ਜੋ ਆਪਣੇ ਘਰ ਪਰਿਵਾਰ ਦੇ ਜੀਆਂ ਨੂੰ ਪਿਆਰ ਦੇ ਨਾਲ ਸਮਝਾਵੇ, ਆਪਣੇ ਘਰ ਪਰਿਵਾਰ ਦੀਆਂ ਕਮੀਆਂ, ਆਪਣੇ ਘਰ ਪਰਿਵਾਰ ਦੇ ਔਗੁਣਾਂ ਨੂੰ ਬਾਹਰ ਲੋਕਾਂ ਦੇ ਵਿੱਚ ਨਾ ਉਛਾਲੇ। ਘਰ ਪਰਿਵਾਰ ਦੇ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ, ਹਰ ਪਰਿਵਾਰ ਦੇ ਵਿੱਚ ਛੋਟੀ ਮੋਟੀ ਨੋਕ ਝੋਕ ਚੱਲਦੀ ਰਹਿੰਦੀ ਆ, ਕਿਉਂਕਿ ਹੁਣ ਪਰਿਵਾਰ ਦੇ ਵਿੱਚ ਜੇਕਰ ਆਪਾਂ ਚਾਰ ਜੀ ਰਹਿ ਰਹੇ ਹਾਂ ਤਾਂ ਜ਼ਰੂਰੀ ਨਹੀਂ ਚਾਰਾਂ ਜੀਆਂ ਦੀ ਆਪਸ ਦੇ ਵਿੱਚ ਸੋਚ ਮਿਲਦੀ ਆ, ਵਿਚਾਰ ਮਿਲਦੇ ਹੋਣ। ਸਭ ਦੇ ਵਿਚਾਰ ਆਪੋ ਆਪਣੇ, ਸੋਚ ਆਪੋ ਆਪਣੀ, ਇੱਕੋ ਛੱਤ ਹੇਠਾਂ ਰਹਿਣਾ ਹੈ ਤਾਂ ਇੱਕ ਦੂਸਰੇ ਨੂੰ ਸਮਝਣਾ ਪੈਣਾ ਹੈ। ਸਮਝਾਉਣ ਦੀ ਜਗ੍ਹਾ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜਦੋਂ ਸਮਝਾਂਗੇ ਨਾ ਤਾਂ ਫਿਰ ਦੇਖਣਾ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਲੇਸ਼ ਨਹੀਂ ਪਵੇਗਾ। ਰੌਲਾ ਉੱਥੇ ਪੈਂਦਾ ਹੈ ਜਦੋਂ ਆਪਾਂ ਦੂਜਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਨੂੰ ਬਹੁਤਾ ਅਕਲਮੰਦ ਸਿਆਣਾ ਸਮਝਦੇ ਹਾਂ ਅਤੇ ਦੂਸਰੇ ਨੂੰ ਨਾ ਸਮਝਦੇ ਹਾਂ। ਹੋ ਸਕਦਾ ਜਿਹੜੀ ਗੱਲ ਸਾਨੂੰ ਉਹਦੇ ਵਿੱਚ ਨਹੀਂ ਪਸੰਦ, ਜੇਕਰ ਸਾਨੂੰ ਕਿਸੇ ਦੇ ਵਿੱਚੋਂ ਕੋਈ ਆਦਤ ਉਹਦੀ ਕੋਈ ਗੱਲ ਪਸੰਦ ਨਹੀਂ ਆ ਤਾਂ ਜ਼ਰੂਰੀ ਨਹੀਂ ਵੀ ਉਹ ਗਲਤ ਹੀ ਹੋਵੇਗਾ, ਹੋ ਸਕਦਾ ਉਹ ਆਪਣੀ ਜਗ੍ਹਾ 'ਤੇ ਸਹੀ ਹੋਵੇ। ਇਸ ਤਰ੍ਹਾਂ ਨਾ ਰਿਸ਼ਤਿਆਂ ਨੂੰ ਸਮਝਣ ਦੀ ਲੋੜ ਹੁੰਦੀ ਆ, ਸਮਝਾਉਣ ਦੀ ਲੋੜ ਨਹੀਂ। ਜੇ ਕੋਈ ਇੱਕ ਜੀ ਗੁੱਸੇ ਵਾਲਾ ਹੈ ਜਾਂ ਉਹਦੇ ਵਿੱਚ ਥੋੜ੍ਹੀ ਮੱਤ ਅਕਲ ਘੱਟ ਆ ਤਾਂ ਫਿਰ ਬਾਕੀ ਸਮਝਦਾਰ ਤਾਂ ਹੀ ਕਹਾਉਣਗੇ ਜੇ ਉਹਦੀ ਬੇਅਕਲੀ ਨੂੰ ਢੱਕ ਲੈਣ। ਸੋ ਮੁੱਕਦੀ ਗੱਲ ਇਹ ਆ ਕਿ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਆ ਤਾਂ ਪਰਿਵਾਰ ਦੇ ਪੂਰੇ ਜੀਆਂ ਨੂੰ
ਆਪਸ ਦੇ ਵਿੱਚ ਇੱਕ ਦੂਸਰੇ ਨੂੰ ਸਮਝਾਉਣ ਦੀ ਨਹੀਂ, ਸਮਝਣ ਦੀ ਲੋੜ ਆ। ਇੱਕ ਦੂਸਰੇ ਦੇ ਵਿੱਚੋਂ ਕਮੀਆਂ ਨਹੀਂ ਕੱਢਣੀਆਂ, ਇੱਕ ਦੂਸਰੇ ਦੇ ਗੁਣ ਦੇਖੋ। ਗੁਣ ਦੇਖਾਂਗੇ, ਚੰਗਿਆਈਆਂ ਦੇਖਾਂਗੇ ਤਾਂ ਇੱਕ ਦੂਸਰੇ ਨੂੰ ਬੜੇ ਪਿਆਰੇ ਲੱਗਾਂਗੇ। ਅਤੇ ਇਹ ਜ਼ਰੂਰੀ ਨਹੀਂ ਆ ਵੀ ਰਿਸ਼ਤਿਆਂ ਦੇ ਵਿੱਚ ਹੀ, ਹਰ ਥਾਂ 'ਤੇ ਤੁਸੀਂ ਦੇਖ ਲਓ, ਜਦੋਂ ਕੋਈ ਮਨੁੱਖ ਦੂਜਿਆਂ ਦੇ ਵਿੱਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ ਨਾ, ਤਾਂ ਉਹਦੀ ਆਪਣੀ ਤਰੱਕੀ ਰੁਕ ਜਾਂਦੀ ਆ। ਇਸ ਆਦਤ ਕਰਕੇ ਉਹਦੇ ਆਪਣੇ ਆਪ ਦਾ ਬਹੁਤ ਨੁਕਸਾਨ ਹੁੰਦਾ ਹੈ। ਸੰਤ ਜੀ ਨੇ ਇੱਦਾਂ ਹੀ ਸਭ ਨੂੰ ਇੱਕ ਸਟੋਰੀ ਸੁਣਾਈ। ਸੰਤ ਜੀ ਨੇ ਕਿਹਾ, ਜਦੋਂ ਪਰਮਾਤਮਾ ਜੀ ਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਸੀ ਨਾ, ਤਾਂ ਸਾਨੂੰ ਦੋ ਪੋਟਲੀਆਂ ਦੇ ਕੇ ਭੇਜੀਆਂ ਅਤੇ ਕਹਿ ਦਿੱਤਾ ਕਿ ਮਨੁੱਖਾ, ਇੱਕ ਪੋਟਲੀ ਹਮੇਸ਼ਾ ਆਪਣੇ ਅੱਗੇ ਰੱਖੀ, ਦੂਸਰੀ ਪੋਟਲੀ ਪਿੱਛੇ ਰੱਖੀ, ਅਤੇ ਜਿੰਨਾ ਹੀ ਤੂੰ ਅਗਲੀ ਪੋਟਲੀ ਵੱਲ ਦੇਖਦਾ ਜਾਵੇਂਗਾ, ਉਨੀ ਹੀ ਤੇਰੀ ਤਰੱਕੀ ਹੋਵੇਗੀ, ਤੇਰੀ ਤੰਦਰੁਸਤੀ ਵਧੇਗੀ, ਤੇਰੇ ਘਰ ਖੁਸ਼ੀਆਂ ਆਉਣਗੀਆਂ। ਪਰ ਜੇ ਕਿਤੇ ਭੁੱਲ ਕੇ ਤੇਰੀ ਨਜ਼ਰ ਪਿਛਲੀ ਪੋਟਲੀ ਦੇ ਵਿੱਚ ਪੈ ਗਈ ਤਾਂ ਤੇਰੀ ਬਰਬਾਦੀ ਹੋਣੀ ਸ਼ੁਰੂ ਹੋ ਜਾਵੇਗੀ। ਕਹਿੰਦੇ ਮਨੁੱਖ ਪਰਮਾਤਮਾ ਦੀਆਂ ਇਹ ਗੱਲਾਂ ਸਮਝ ਕੇ ਧਰਤੀ 'ਤੇ ਆਇਆ। ਉਹਨੇ ਦੋਵੇਂ ਪੋਟਲੀਆਂ ਮੋਢਿਆਂ 'ਤੇ ਟੰਗ ਲਈਆਂ, ਇੱਕ ਅੱਗੇ ਸੁੱਟ ਲਈ, ਇੱਕ ਪਿੱਛੇ ਸੁੱਟ ਲਈ, ਅਤੇ ਆਪਣਾ ਸਾਰਾ ਧਿਆਨ ਅਗਲੀ ਪੋਟਲੀ ਦੇ ਵਿੱਚ ਰੱਖਿਆ। ਤਾਂ ਪਰਮਾਤਮਾ ਜੀ ਦੇ ਕਹੇ ਅਨੁਸਾਰ ਉਹ ਦਿਨੋਂ ਦਿਨ ਤਰੱਕੀ ਕਰ ਰਿਹਾ ਸੀ, ਦਿਨੋਂ ਦਿਨ ਖੁਸ਼ਹਾਲੀ ਤੰਦਰੁਸਤੀ ਉਹਦੇ ਘਰ ਦੇ ਵਿੱਚ ਆ ਰਹੀ ਸੀ, ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਖੁਸ਼। ਪਰ ਕਹਿੰਦੇ ਅਚਾਨਕ ਇੱਕ ਦਿਨ ਉਹਨੂੰ ਪੋਟਲੀਆਂ ਦਾ ਭੁਲੇਖਾ ਪੈ ਗਿਆ। ਉਹਨੇ ਭੁਲੇਖੇ ਦੇ ਨਾਲ ਪਿਛਲੀ ਪੋਟਲੀ ਅੱਗੇ ਟੰਗ ਲਈ ਅਤੇ ਅਗਲੀ ਨੂੰ ਪਿੱਛੇ ਕਰ ਦਿੱਤਾ। ਕਹਿੰਦੇ ਜਿਸ ਦਿਨ ਤੋਂ ਪੋਟਲੀਆਂ ਦੀ ਅਦਲਾ ਬਦਲੀ ਹੋਈ, ਉਹਦੀ ਬਰਬਾਦੀ ਹੋਣੀ ਸ਼ੁਰੂ ਹੋ ਗਈ, ਉਹਦੇ ਘਰ ਦੇ ਵਿੱਚ ਦੁੱਖ ਰੋਗ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਕਹਿੰਦੇ ਉਹਨੇ ਪਰਮਾਤਮਾ ਜੀ ਦੇ ਅੱਗੇ ਪੁਕਾਰ ਕੀਤੀ ਵੀ ਪਰਮਾਤਮਾ ਜੀ, ਸਭ ਕੁਝ ਵਧੀਆ ਚੱਲ ਰਿਹਾ ਸੀ, ਆ ਅਚਾਨਕ ਮੇਰੇ ਨਾਲ ਪਤਾ ਨਹੀਂ ਕੀ ਹੋ ਗਿਆ। ਕਹਿੰਦੇ ਪਰਮਾਤਮਾ ਨੇ ਕਿਹਾ, ਭਾਈ ਹੋਣਾ ਤੇਰੇ ਨਾਲ ਕੀ ਸੀ, ਤੂੰ ਆਪਣੀਆਂ ਪੋਟਲੀਆਂ ਨੂੰ ਅਦਲਾ ਬਦਲੀ ਕਰ ਲਿਆ ਹੈ। ਤੈਨੂੰ ਕਿਹਾ ਸੀ ਕਿ ਜੇਕਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤ ਰਹਿਣਾ ਹੈ, ਖੁਸ਼ ਰਹਿਣਾ ਹੈ, ਤਾਂ ਅਗਲੀ ਪੋਟਲੀ ਵੱਲ ਧਿਆਨ ਰੱਖੀ। ਪਰ ਤੂੰ ਆਪਣੀ ਅਗਲੀ ਪੋਟਲੀ ਪਿੱਛੇ ਕਰ ਲਈ ਆ, ਪਿਛਲੀ ਪੋਟਲੀ ਅੱਗੇ ਕਰਕੇ ਉਹਦੇ ਵਿੱਚ ਧਿਆਨ ਕਰ ਲਿਆ ਹੈ, ਇਸੇ ਕਰਕੇ ਤੂੰ ਬਰਬਾਦ ਹੋ ਰਿਹਾ ਹੈ। ਤਾਂ ਕਹਿੰਦੇ ਉਹ ਮਨੁੱਖ ਨੇ ਕਿਹਾ ਵੀ ਸੰਤ ਜੀ, ਪੋਟਲੀਆਂ ਤਾਂ ਮੈਂ ਫਿਰ ਤੋਂ ਅਦਲਾ ਬਦਲੀ ਕਰ ਲੈਂਦਾ ਹਾਂ, ਪਰ ਮੈਨੂੰ ਚੰਗੀ ਤਰ੍ਹਾਂ ਸਮਝਾਓ ਵੀ ਇਹਨਾਂ ਪੋਟਲੀਆਂ ਦੇ ਵਿੱਚ ਅਜਿਹਾ ਕੀ ਆ। ਤਾਂ ਪਰਮਾਤਮਾ ਨੇ ਕਿਹਾ, ਪੁੱਤਰ ਜਿਹੜੀ ਪੋਟਲੀ ਤੈਨੂੰ ਮੈਂ ਅੱਗੇ ਰੱਖਣ ਨੂੰ ਕਹਿ ਰਿਹਾ ਹੈ ਨਾ, ਇਹਦੇ ਵਿੱਚ ਆ ਤੇਰੀਆਂ ਕਮੀਆਂ, ਤੇਰੇ ਔਗਣ, ਅਤੇ ਪਿਛਲੀ ਪੋਟਲੀ ਦੇ ਵਿੱਚ ਆ ਇਹ ਦੁਨੀਆਂ ਦੀਆਂ ਕਮੀਆਂ, ਦੁਨੀਆਂ ਦੇ ਔਗਣ। ਜੇਕਰ ਤੂੰ ਆਪਣੀਆਂ ਕਮੀਆਂ ਦੇ ਵਿੱਚ ਧਿਆਨ ਰੱਖੇਗਾ ਤਾਂ ਤੂੰ ਦਿਨੋਂ ਦਿਨ ਆਪਣੇ ਆਪ ਨੂੰ ਸੁਧਾਰੇਗਾ, ਨਿੱਤ ਕੁਝ ਨਵਾਂ ਸਿੱਖੇਗਾ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਂਦਾ ਜਾਵੇਗਾ। ਜਿਵੇਂ ਜਿਵੇਂ ਆਪਣੇ ਆਪ ਨੂੰ ਬਿਹਤਰ ਬਣਾਵੇਗਾ, ਤੇਰੀ ਤੰਦਰੁਸਤੀ, ਤਰੱਕੀ, ਤੇਰੀ ਖੁਸ਼ਹਾਲੀ ਵਧੇਗੀ। ਪਰ ਜੇ ਕਿਤੇ ਭੁੱਲ ਕੇ ਵੀ ਤੂੰ ਇਹ ਦੁਨੀਆਂ ਦੀਆਂ ਕਮੀਆਂ ਦੇਖਣ ਲੱਗ ਗਿਆ, ਫਿਰ ਤੂੰ ਉਲਝ ਕੇ ਰਹਿ ਜਾਵੇਂਗਾ, ਫਿਰ ਤੈਨੂੰ ਸਾਰੀ ਦੁਨੀਆਂ ਮਾੜੀ ਲੱਗਣੀ ਆ। ਜੋ ਸੁਧਾਰ ਕਰਨਾ ਹੈ ਆਪਾਂ ਆਪਣੇ ਆਪ ਦੇ ਵਿੱਚ ਕਰਨਾ ਹੈ, ਆਪਣੇ ਤੋਂ ਹੀ ਇਹ ਸਮਾਜ ਆ, ਆਪਣੇ ਤੋਂ ਹੀ ਇਹ ਦੁਨੀਆ ਹੈ। ਜੇਕਰ ਹਰ ਮਨੁੱਖ ਆਪਣੀਆਂ ਕਮੀਆਂ ਦੇਖ ਕੇ ਆਪਣੇ ਆਪ ਦਾ ਸੁਧਾਰ ਕਰਨਾ ਸ਼ੁਰੂ ਕਰ ਦੇਵੇ ਤਾਂ ਸਭ ਦੁਨੀਆਂ ਦੇ ਔਗਣ ਕਮੀਆਂ ਖਤਮ ਹੋ ਜਾਣਗੀਆਂ। ਸੋ ਸੰਤ ਜੀ ਨੇ ਇਹ ਗੱਲ ਸਮਝਾ ਕੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਭਾਈ, ਜੇਕਰ ਆਪਣੀ ਤਰੱਕੀ ਚਾਹੀਦੀ ਹੈ ਨਾ, ਤਾਂ ਫਿਰ ਆਪਣੀਆਂ ਕਮੀਆਂ ਨੂੰ ਸਵੀਕਾਰ ਕਰੋ, ਆਪਣੀਆਂ ਕਮੀਆਂ ਦੇ ਵਿੱਚ ਸੁਧਾਰ ਕਰੋ, ਤਾਂ ਦਿਨੋਂ ਦਿਨ ਤਰੱਕੀ ਕਰੋਗੇ। ਸੋ ਸੰਗਤ ਜੀ, ਇਹ ਵੀਡੀਓ ਬਣਾਉਣ ਦਾ, ਇਹ ਕਹਾਣੀ ਸੁਣਾਉਣ ਦਾ ਮਕਸਦ ਇਹੋ ਸੀ ਕਿ ਜੇਕਰ ਆਪਾਂ ਆਪਣੇ ਆਪ ਦੀ ਤਰੱਕੀ ਚਾਹੁੰਦੇ ਹਾਂ, ਤੰਦਰੁਸਤੀ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਆਪਣੇ ਆਪ ਵੱਲ ਧਿਆਨ ਦੇਣਾ ਪੈਣਾ ਹੈ। ਪਾਤਸ਼ਾਹ ਨੇ ਵੀ ਸਾਨੂੰ ਕਿਹਾ, ਮਨ ਜਿੱਤੇ ਜਗ ਜੀਤ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹਨੇ ਹੀ ਜਗ ਜਿੱਤਿਆ ਹੈ। ਤਾਂ ਆਪਾਂ ਵੀ ਆਪਣੇ ਆਪ ਵੱਲ ਧਿਆਨ ਦੇਈਏ, ਆਪਣੀਆਂ ਕਮੀਆਂ, ਆਪਣੇ ਔਗਣਾਂ ਨੂੰ ਸੁਧਾਰੀਏ, ਫਿਰ ਬਿਹਤਰ ਬਣਾਂਗੇ।
ਸੋ ਅੱਜ ਦੀ ਇਹ ਕਹਾਣੀ, ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਤੁਸੀਂ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਹੋਈ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਸੰਗਤ ਜੀ, ਵੀਡੀਓ ਦੇ ਵਿੱਚ ਜੋ ਵੀ ਕਹਾਣੀ ਆਪਾਂ ਆਪ ਜੀ ਨੂੰ ਸੁਣਾਈ ਆ, ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ। ਇਸ ਕਰਕੇ ਕਦੇ ਵੀ ਕਹਾਣੀ ਦੀਆਂ ਘਟਨਾਵਾਂ ਉਹਦੇ ਪਾਤਰਾਂ ਵੱਲ ਨਹੀਂ ਜਾਣਾ, ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ। ਸਿੱਖਿਆ ਨੂੰ ਹੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੈ।